जी हाँ तुसी सुन रहे हो रेडियो दरिया 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 दोस्तों नंद्र कुग्यानवी वालों सत श्री अकाल करो प्रवान ਖਬਰਾਂ ਦੇ ਪਹਿਲੇ ਹਿੱਸੇ 'ਚ ਤੁਹਾਡਾ ਸਵਾਗਤ ਸਭ ਤੋਂ ਪਹਿਲਾਂ ਚੌਣਵੀਆਂ ਖਬਰਾਂ ਔਰ ਪੰਜਾਬ ਕਾਂਗਰਸ ਦੇ ਸਿਆਸੀ ਸੰਕਟ ਨਾਲ ਜੁੜੀ ਹੋਈ ਇੱਕ ਵਿਸ਼ੇਸ਼ ਰਿਪੋਰਟ ਤੁਹਾਡੇ ਵਾਸਤੇ ਪੇਸ਼ ਕਰਦੇ ਹਾਂ ਪੰਜਾਬ ਕਾਂਗਰਸ ਤੇ ਕੇਂਦਰੀ ਕਾਂਗਰਸ ਦੇ ਗਲਿਆਰਿਆਂ 'ਚ ਅੱਜ ਵੀ ਚਹਿਲ ਪਹਿਲ ਤੇ ਸਰਗਰਮੀ ਬਣੀ ਰਹੀ ਅੱਜ ਸਵੇਰੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੇ ਤਾਂ ਉਸ ਸਮੇਂ ਰਾਹੁਲ ਗਾਂਧੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੀ ਉੱਥੇ ਮੌਜੂਦ ਸਨ ਹਰੀਸ਼ ਰਾਵਤ ਨੇ ਮੀਟਿੰਗ ਤੋਂ ਬਾਹਰ ਆ ਕੇ ਕਿਹਾ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਬਾਰੇ ਉਹਨਾਂ ਦੇ ਬਿਆਨ ਨੂੰ ਮੀਡੀਆ ਨੇ ਤਰੋੜ-ਮਰੋੜ ਕੇ ਪੇਸ਼ ਕੀਤਾ ਹੈ ਉਹਨਾਂ ਕਿਹਾ ਕਿ ਇਹ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਰਨਾ ਹੈ ਰਾਵਤ ਨੇ ਕਿਹਾ ਕਿ ਇਸ ਬਾਰੇ ਉਹਨਾਂ ਆਪਣਾ ਨੋਟ ਲਿਖ ਕੇ ਵੀ ਸੋਨੀਆ ਗਾਂਧੀ ਨੂੰ ਸੌਂਪ ਦਿੱਤਾ ਹੈ ਦਿਲਚਸਪ ਗੱਲ ਇਹ ਰਹੀ ਕਿ ਸਿੱਧੂ ਦੀ ਮਿਲਣੀ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ OSD ਨਰਿੰਦਰ ਸਿੰਘ ਪਾਮਰੀ ਵੀ ਕੈਪਟਨ ਦਾ ਖਾਸ ਸੁਨੇਹਾ ਲੈ ਕੇ ਸੋਨੀਆ ਗਾਂਧੀ ਨੂੰ ਮਿਲਣ ਲਈ ਆਇਆ ਦੁਪਹਿਰ ਤੀਕ ਚਰਚਾ ਹੁੰਦੀ ਰਹੀ ਕਿ ਸਿੱਧੂ ਦੀ ਪੰਜਾਬ ਪ੍ਰਧਾਨਗੀ ਟਲ ਸਕਦੀ ਹੈ ਆਥਨੇ ਸਿੱਧੂ ਦੀ ਪ੍ਰਧਾਨਗੀ ਪੱਕੀ ਹੋਣ ਦੀਆਂ ਖਬਰਾਂ ਫਿਰ ਆਉਣ ਲੱਗੀਆਂ ਤੇ ਸਿੱਧੂ ਨਾਲ ਮਾਝੇ ਤੋਂ ਕਾਂਗਰਸੀ ਐਮ ਐਲ ਏ ਸੁਖਵਿੰਦਰ ਡੈਨੀ ਨੂੰ ਮਾਝਾ ਜ਼ੋਨ ਦਾ ਕਾਰਜਕਾਰੀ ਕਾਂਗਰਸੀ ਪ੍ਰਧਾਨ ਬਣਾਏ ਜਾਣ ਦੀ ਤੇ ਸੁਨੀਲ ਜਾਖੜ ਨੂੰ ਕਾਂਗਰਸੀ ਕੈਂਪੇਨ ਕਮੇਟੀ ਦੇ ਮੁਖੀ ਪ੍ਰਤਾਪ ਸਿੰਘ ਬਾਜਬਾ ਨੂੰ ਚੋਣ ਮੈਨੀਫੈਸਟੋ ਕਮੇਟੀ ਦੇ ਮੁਖੀ ਲਾਏ ਜਾਣ ਦੀਆਂ ਖਬਰਾਂ ਆਉਣ ਲੱਗੀਆਂ ਇਸ ਤੋਂ ਇਲਾਵਾ ਕੱਲ ਖਬਰਾਂ ਸਨ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਕੈਬਨਟ ਮੰਤਰੀ ਇਹ ਕਾਰਜਕਾਰੀ ਪ੍ਰਧਾਨ ਹੋਣਗੇ ਅਰ ਇਸ ਦੇ ਨਾਲ ਜਲੰਧਰ ਤੋਂ ਸੰਤੋਖ ਚੌਧਰੀ ਦੇ ਕਾਰਜਕਾਰੀ ਪ੍ਰਧਾਨਾਂ ਦੇ ਨਾਮ ਹੀ ਪੱਕੀ ਲਿਸਟ ਵਿੱਚ ਪਾਏ ਹੋਏ ਦੱਸੇ ਜਾਂਦੇ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀ ਸ਼ਰਾਵਤ ਚੰਡੀਗੜ੍ਹ ਪਹੁੰਚ ਰਹੇ ਹੈ ਜਿਨ੍ਹਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਵੇਗੀ ਉਹਨਾਂ ਦੇ ਦਿੱਲੀ ਵਿੱਚ ਬਦੇਰੇ ਜਿਵੇਂ ਹੈ ਕੋਈ ਜੜਕਾ ਪੈਣ ਦੀ ਸੂਰਤ ਚ ਇੱਕ ਅੱਧਾ ਦਿਨ ਪਛੜ ਸਕਦੇ ਹੈ ਸੂਤਰ ਦਾਸ ਤੇ ਆਇ ਕਾਂਗਰਸੀ ਹਾਈ ਕਮਾਂਡ ਨੇ ਫੈਸਲੇ ਤੋਂ ਜਾਣੂ ਕਰਾਉਣ ਲਈ ਨਵੇਂ ਫੈਸਲੇ ਨੂੰ ਲੈ ਕੇ ਮੁੱਖ ਮੰਤਰੀ ਨੂੰ ਪ੍ਰੋਸੈਸ ਵਿੱਚ ਲੈਣ ਦੇ ਮੱਦੇ ਨਜ਼ਰ ਹਰੀ ਸ਼ਰਾਵਤ ਅਮਰਿੰਦਰ ਸਿੰਘ ਨਾਲ ਸਮੁੱਚੇ ਫਾਰਮੂਲੇ ਤੇ ਚਰਚਾ ਕਰਨਗੇ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਦੀ ਸਰਕਾਰ ਨੇ ਮੰਤਰੀ ਮੰਡਲ 'ਚ ਵੀ ਰੱਦੋ ਬਦਲ ਕਰਨੀ ਹੈ ਇਸ ਬਾਰੇ ਵੀ ਹਰੀ ਸ਼ਰਾਵਤ ਕੈਪਨਾ ਅਮਰਿੰਦਰ ਸਿੰਘ ਨਾਲ ਚਰਚਾ ਛੇੜਨਗੇ ਨਵੀਂ ਦਿੱਲੀ ਤੋਂ ਪੋਰਟਾਂਨ ਸਰ ਕਾਂਗਰਸ ਛੱਡ ਕੇ ਚਲੇ ਜਾਣ ਵਾਲੇ ਆਗੂਆਂ ਨੂੰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਕੰਮ ਨਹੀਂ ਕਰਨਾ ਚਾਹੁੰਦੇ ਤੇ ਆਰਐਸਐਸ ਨਾਲ ਮਿਲੇ ਹੋਏ ਨੇ ਉਹ ਬੜੀ ਖੁਸ਼ੀ ਨਾਲ ਜਾ ਸਕਦੇ ਨੇ ਉਹਨਾਂ ਕਿਹਾ ਕਿ ਜਿਹੜੇ ਡਰਦੇ ਐ ਉਹ ਪਾਰਟੀ ਛੱਡ ਕੇ ਚਲੇ ਜਾਣ ਚੰਡੀਗੜ੍ਹ ਤੋਂ ਖਬਰ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਨਿਸ਼ਾਨਾ ਪੰਜਾਬ ਬਚਾਉਣਾ ਨਹੀਂ ਸਗੋ ਕੈਪਟਨ ਨੂੰ ਟਾਉਣਾ ਐ ਸਖਬੀਰ ਬਾਦਲ ਦੇ ਦਿੱਤੇ ਕੱਲ ਦੇ ਬਿਆਨਾਂ ਨੂੰ ਕਿ ਉਹਨਾਂ ਦੀ ਸਰਕਾਰ ਆਉਣ ਸਮੇਂ ਦੋ ਕਾਰਜਕਾਰੀ ਮੁੱਖ ਮੰਤਰੀ ਬਣਾਵਾਂਗੇ ਇੱਕ ਦਲਤ ਹੋਵੇਗਾ ਤੇ ਇੱਕ ਹਿੰਦੂ ਲਿਆ ਜਾਏਗਾ ਅਤੇ ਸਿਆਸੀ ਹਲਕਿਆਂ 'ਚ ਕਾफी ਆਲੋਚਨਾ ਸਿਆਸੀ ਬੰਦਿਆਂ ਨੇ ਕੀਤੀ ਹੈ ਕਾਂਗਰਸ ਦੇ ਐਮਪੀ ਮਨੀਸ਼ ਤਵਾੜੀ ਨੇ ਇੱਕ ਟਵੀਟ ਰਾਹੀਂ ਨਵਜੋਤ ਸਿੰਘ ਸਿੱਧੂ ਨੂੰ ਮਿਲ ਰਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਉੱਤੇ ਟਿੱਪਣੀ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਜੱਟ ਭਾਈਚਾਰੇ ਨਾਲ ਸੰਬੰਧਿਤ ਨੇ ਤੇ ਨਵਜੋਤ ਸਿੰਘ ਸਿੱਧੂ ਵੀ ਜੱਟ ਭਾਈਚਾਰੇ ਨਾਲ ਸੰਬੰਧਿਤ ਨੇ ਉਸਨੇ ਲਿਖਿਆ ਕਿ ਵਧੇਰੇ ਗਿਣਤੀ ਹਿੰਦੂ ਭਾਈਚਾਰੇ ਦੀ ਹੈ ਅੰਮ੍ਰਿਤਸਰ ਤੋਂ ਖਬਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਇੱਥੇ ਖੁਸ਼ੀਆਂ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਨੇ ਸਿੱਧੂ ਸਮਰਥਕ ਦਿੱਲੀ ਤੋਂ ਆਉਣ ਵਾਲੀ ਠੰਡੀ ਮਿੱਠੀ ਖਬਰ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਨੇ ਰਿਪੋਰਟਾਂ ਚ ਕਿਹਾ ਗਿਆ ਹੈ ਕਿ ਸਿੱਧੂ ਦੇ ਚਾਹੇਤਿਆਂ ਨੇ ਸਿੱਧੂ ਦੇ ਸਵਾਗਤ ਤੇ ਸਨਮਾਨ ਵਾਸਤੇ ਫਲੈਕਸੀ ਬੋਰਡ ਵੀ ਤਿਆਰ ਕਰਵਾਉਣੇ ਸ਼ੁਰੂ ਕਰ ਦਿੱਤੇ ਨੇ ਦਿੱਲੀ ਤੋਂ ਰਿਪੋਰਟਾਂ ਮੁਤਾਬਕ ਸਿੱਧੂ ਤੇ ਹੋਰਨਾਂ ਕਾਂਗਰਸੀਆਂ ਦੀ ਅਨੁਯੋਗਤੀਆਂ ਦੀ ਫਾਈਲ ਤਿਆਰ ਹੋ ਚੁੱਕੀ ਹੈ ਤੇ ਉਧਰੋਂ ਚੰਡੀਗੜ੍ਹ ਕੈਪਟਨ ਅਮਰਿੰਦਰ ਸਿੰਘ ਦੇ ਘਰ ਲਗਾਤਾਰ ਕੈਪਟਨ ਸਮਰਥਕਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਹਨ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਕੈਬਨ ਮੰਤਰੀ ਤ੍ਰਿਪਤ ਜਿੰਦਰ ਸਿੰਘ ਬਾਜਵਾ ਜੋ ਅੱਜਕੱਲ ਕੈਪਟਨ ਦੇ ਉਲਟ ਖੇਮੇ ਚੱਲਦੇ ਨੇ ਤੇ ਇਨ੍ਹਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਦਾਵਾਦ ਸੁਖ ਸਰਕਾਰੀਆ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਕੈਬਨਟ ਮੰਤਰੀ ਹੈ ਚਾਰੋਂ ਇਹਨਾਂ ਸਮੇਤ ਕੁਝ ਵਿਧਾਇਕਾਂ ਵੱਲੋਂ ਸੁਖਜਿੰਦਰ ਸਿੰਘ ਰੰਦਾਵਾਦੀ ਸਰਕਾਰੀ ਕੋਠੀ 'ਚ ਬਹਿ ਕੇ ਜਿਹੜੀ ਕੱਲ੍ਹ ਆਥ ਨੇ ਸਿਆਸੀ ਖੀਰ ਰਿਣੀ ਗਈ ਹੈ ਉਹ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਖਾਸੀ ਚੁਭ ਰਹੀ ਹੈ ਤੇ ਆਪਣੇ ਸਿਆਸੀ ਸਲਾਹਕਾਰਾਂ ਤੋਂ ਅਮਰਿੰਦਰ ਸਿੰਘ ਇਸ ਵੇਲੇ ਜਿਹੜੀਆਂ ਸਲਾਹਾਂ ਲੈਣ 'ਚ ਰੁੱਝੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਮੌਸਮ ਗਰਮੀ ਵਾਲਾ ਚੱਲ ਰਿਹਾ ਹੈ ਬੱਦਲ ਬਣਦੇ ਨੇ ਨੇਰੀ ਆਉਂਦੀ ਹੈ ਉੜਾ ਕੇ ਲੈ ਜਾਂਦੀ ਹੈ ਅੱਜ ਸੌਣ ਦਾ ਮਹੀਨਾ ਚੜ੍ਹ ਪਿਆ ਤੇ ਦੁਪਹਿਰੇ ਇੱਕ ਟਰਾਲੀ ਤੇ ਟਰੈਕਟਰ ਤੇ ਕਿਸਾਨ ਗੀਤ ਵਜਾ ਰਿਹਾ ਸੀ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਤੇ ਕੁੜੀਆਂ ਚ ਗੱਲ ਛਿੜਗੀ ਇੱਕ ਪੱਤੀਆਂ ਨਾਲ ਹਿੱਕ ਭੇੜਗੀ ਔਰ ਇਹ ਗੀਤ ਜਿਹੜਾ ਹੈ ਸੌਣ ਦੇ ਮਹੀਨੇ ਦੀ ਆਮਦ ਨੂੰ ਜਿਉ ਆਇਆ ਆਖ ਰਿਹਾ ਸੀ ਪਰ ਅੱਜ ਸਾਰਾ ਦਿਨ ਲੂ ਵਗਦੀ ਰਹੀ ਬੱਦਲ ਉੱਡ ਕੇ ਬਣਦੇ ਰਹੇ ਸੂਰ ਆਪਣੀ ਤਪਸ਼ ਵਿਖਾਉਂਦਾ ਰਿਹਾ ਨਿੰਦਰ ਕੁ ਗਿਆਨਮੀ ਤੋਂ ਖਬਰਾਂ ਦਾ ਪਹਿਲਾ ਹਿੱਸਾ ਸੁਣਿਆ ਦੂਜਾ ਹਿੱਸਾ ਇੱਕ ਵਕਫੇ ਤੋਂ ਬਾਅਦ ਸਕਾਟਲੈਂਡ ਦੀ ਧਰਤੀ ਤੇ ਪੰਜਾਬੀਅਤ ਦੇ ਸ਼ੂਕ ਦੇ ਦਰਿਆ ਵਰਗਾ ਨਾਮ ਅੱਜ ਦਰਿਆ ਅੱਜ ਦਰਿਆ ਦੋਸਤੋ ਨਿੰਦਰ ਕੁ ਗਿਆਨਮੀ ਤੋਂ ਸੁਣੋ ਖਬਰਾਂ ਦਾ ਦੂਜਾ ਹਿੱਸਾ ਖਬਰ ਆਰੀਆ ਸ਼ਿਰੀ ਅਮਰਸਰ ਸਾਹਿਬ ਤੋਂ ਸਿੱਖ ਸਦ ਭਾਵਨਾ ਦਲ ਦੇ ਕਾਰਕੁਨਾਂ ਤੇ ਸ਼੍ਰੋਮਣੀ ਕਮੇਟੀ ਮਲਾਕਮਾ ਵਿਚਾਲੇ ਉਸ ਵੇਲੇ ਖਿੱਚਾ ਧੂਈ ਹੋਈ ਜਦੋਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਅਕਾਲ ਤਖਤ ਦੇ ਸੈਕਟਰ ਨੇੜੇ ਖੁਦਾਈ ਦੌਰਾਨ ਨਿਕਲੀ ਪੁਰਾਣੀ ਇਮਾਰਤ ਦੇ ਢਾਂਚੇ ਨੂੰ ਟਹਿ ਟੇਰੀ ਕਰਨ ਤੋਂ ਰੋਕਣ ਦਾ ਯਤਨ ਕਰਿਆ ਫਿਲਹਾਲ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਮ ਰੋਕ ਦਿੱਤਾ ਅਕਾਲ ਤਖਤ ਨੇੜੇ ਸ਼੍ਰੋਮਣੀ ਕਮੇਟੀ ਵੱਲੋਂ ਗਲਿਆਰੇ ਵਾਲੀ ਥਾਂ ਸਥਿਤ ਸੰਗਤ ਦੀ ਸਹੂਲਤ ਵਾਸਤੇ ਇੱਕ ਜੋੜਾ ਕਰਤੇ ਦੋ ਪਹੀਆ ਵਾਹਨ ਸਟੈਂਡ ਬਣਾਇਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਨੇ ਐਸਟੀ ਕਾਰ ਸੇਵਾ ਬਾਬਾ ਕਸ਼ਮੀਰਾ ਸਿੰਘ ਪੂਰੀ ਵਾਲਿਆਂ ਨੂੰ ਸੌਂਪੀ ਹੈ ਇਸ ਖੁਦਾਈ ਦੌਰਾਨ 8 ਤੋਂ 10 ਫੁੱਟ ਹੀਠਾਂ ਸੁਰੰਗ ਨਮਾ ਇਮਾਰਤੀ ਢਾਂਚੇ ਮਿਲੇ ਹੈ ਇਹ ਤਿੰਨ ਇਮਾਰਤੀ ਢਾਂਚੇ ਪ੍ਰਾਂਤਨ ਨਾਨਕਸ਼ਹੀ ਈਟਾਂ ਦੇ ਬਣੇ ਹੋਏ ਹੈ ਇਹਨਾਂ ਅੰਦਰ ਪਾਣੀ ਇਕੱਠਾ ਸੀ ਇਮਾਰਤ ਦਾ ਕੁਝ ਹਿੱਸਾ ਟੱਠਾ ਹੈ ਔਰ ਮਿੱਟੀ ਨਾਲ ਇਸ ਨੂੰ ਪੂਰ ਦਿੱਤਾ ਕੁਝ ਹਿੱਸਾ ਟਹਿ ਟੇਰੀ ਕਰ ਦਿੱਤਾ ਫਿਰ ਵੀ ਕੁਝ ਹਿੱਸੇ ਨੂੰ ਸੁਰੱਖਿਅਤ ਰੱਖ ਲਿਆ ਗਿਆ ਲੋਕਾਂ ਨੇ ਅੱਜ ਇਸ ਦੀਆਂ ਫੋਟੋ ਖਿੱਚੀਆਂ ਤੇ ਸੋਸ਼ਲ ਸਾਈਟਾਂ ਦੇ ਉੱਤੇ ਪਾ ਕੇ ਸਤਕਾਰ ਤੇ ਸ਼ਰਧਾ ਨਾਲ ਸਾਂਝੀਆ ਕੀਤੀਆਂ ਨਵੀਂ ਦਿੱਲੀ ਤੋਂ ਖਬਰ ਕਿਸਾਨ ਅੰਦੋਲਨ ਸੰਬੰਧੀ ਕੇਜਰੀਵਾਲ ਦੀ ਸਰਕਾਰ ਨੇ ਵੱਡਾ ਫੈਸਲਾ ਕਰਿਆ ਹੈ ਕਿ ਦਿੱਲੀ ਪੁਲਿਸ ਵੱਲੋਂ ਸਜਾਏ ਵਕੀਲਾਂ ਦੇ ਪੈਨਲ ਨੂੰ ਕੇਜਰੀਵਾਲ ਸਰਕਾਰ ਨੇ ਰੱਦ ਕਰ ਦਿੱਤਾ ਹੈ ਔਰ ਸਰਕਾਰ ਨੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਨਾਲ ਜੁੜੇ ਕੇਸਾਂ 'ਚ ਸਿਰਫ ਉਹਨਾਂ ਦੇ ਵਕੀਲ ਹੀ ਪੇਸ਼ ਹੋਣਗੇ ਖਬਰ ਚੰਡੀਗੜ੍ਹ ਤੋਂ ਪੰਜਾਬ ਦੇ ਵਜ਼ੀਰਾਂ ਕੋਲ ਇੰਨੀ ਵੇਲ ਨਹੀਂ ਕਿ ਉਹ ਕੈਬਨਿਟ ਸਬ-ਕਮੇਟੀ ਨੂੰ ਸਮਾਂ ਦੇ ਸਕਣ ਜਿਸ ਕਾਰਨ ਲੋਕ ਮਸਲੇ ਕਿਸੇ ਤਨਪਤਣ ਨਹੀਂ ਲੱਗਦੇ ਕੈਪਟਨ ਹਕੂਮਤ ਵੱਲੋਂ ਜਿੰਨੇ ਮੁੱਦਿਆਂ ਤੇ ਕੈਪੀਡਟ ਸਬ ਕਮੇਟੀ ਬਣਾਈ ਗਈ ਉਹ ਮਸਲੇ ਹਾਲੇ ਵੀ ਹਵਾ 'ਚ ਲਟਕੇ ਆ ਜਦੋਂ ਹੁਣ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਆਖਰੀ ਵਾਰ ਹੈ ਤਾਂ ਲੋਕ ਕਿ ਨਾ ਕਮੇਟੀਆਂ ਤੇ ਉਂਗਲ ਚੁੱਕਣ ਲੱਗੇ ਆ ਜਿਨ੍ਹਾਂ ਨੇ ਹਾਲੇ ਤੱਕ ਰਿਪੋਰਟ ਪੇਸ਼ ਨਹੀਂ ਕੀਤੀ ਹੈ ਵਿਰੋਧੀ ਧਿਰਾਂ ਕਹਿੰਦੀਆਂ ਕਿ ਪੰਜਾਬ ਦੇ ਮਸਲੇ ਠੰਡੇ ਬਸਤੇ 'ਚ ਪਾਉਣ ਦਾ ਏ ਨਵਾਂ ਢੰਗ ਹੈ ਇਹ ਗੱਲਾਂ ਅਮਨ ਅਰੋੜਾ ਆਮ ਆਦਮੀ ਪਾਰਟੀ ਆਗੂ ਨੇ ਆਖੀਆਂ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਸਿਹਤ ਮੰਤਰੀ ਅਨਲ ਵੇਜ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੋਨੀ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਚੜੋਨੀ ਕਿਸਾਨ ਅੰਦੋਲਨ ਰਾਹੀਂ ਕੇਜਰੀਵਾਲ ਬੰਨਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਸਾਲ 2112 ਵਿੱਚ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਰਾਸ਼ੀ ਲਾਲਚ ਨਾਲ ਜੁੜੇ ਕੁਝ ਲੋਕਾਂ ਨੇ ਮੁੱਖ ਮੁੱਦਿਆਂ ਨੂੰ ਛੱਡ ਕੇ ਨਿੱਜੀ ਮਕਸਦ ਪੂਰਾ ਕੀਤਾ ਹੈ। ਇਸੇ ਤਰ੍ਹਾਂ ਕਿਸਾਨ ਅੰਦੋਲਨ ਰਾਹੀਂ ਕਈ ਕਿਸਾਨ ਨੇਤਾ ਆਪਣੇ ਨਿੱਜੀ ਸਵਾਰਥ ਪੂਰੇ ਕਰਨਾ ਚਾਹੁੰਦੇ ਆ। ਖਬਰ ਸਿਰਸੇ ਤੋਂ ਚੌਧਰੀ ਦੇਵੀ لال ਯੂਨੀਵਰਸਿਟੀ ਚ ਬੀਤੇ ਦਿਨੀ ਹਰਿਆਣਾ ਮદાન ਸਭਾ ਦੇ ਡਿਪਟੀ ਸਪੀਕਰ ਰਣਵੀਰ ਗੰਗਵਾ ਦੀ ਗੱਡੀ ਦੇ ਸ਼ੀਸ਼ੇ ਤੋੜੇ ਜਾਣ ਦੇ ਇਲਜ਼ਾਮ ਥੱਲੇ ਪੁਲਿਸ ਨੇ ਪੰਜ ਕਿਸਾਨਾਂ ਨੂੰ ਘਰਾਂ 'ਚ ਛਾਪੇ ਮਾਰ ਕੇ ਗ੍ਰਿਫਤਾਰ ਕਰ ਲਿਆ। ਮੰਦ ਭਾਗੀ ਖਬਰ ਆ ਰਹੀ ਹੈ ਹਿਸ਼ਾਰਪੁਰ ਤੋਂ ਜਿੱਥੇ ਕਾਰ ਦੇ ਟਰਾਲੇ ਦੀ ਟੱਕਰ ਹੋਈ ਚਾਰ ਵਿਅਕਤੀਆਂ ਦੀਆਂ ਮੌਕੇ ਤੇ ਮੌਤਾਂ ਹੋਈਆਂ ਜਾਣਕਾਰੀ ਮੁਤਾਬਕ 11 ਵਜੇ ਰਾਤ ਨੂੰ ਫਗਵਾੜਾ ਵੱਲ ਜਾ ਰਹੀ ਇੱਕ ਮਰੂਤੀ ਕਾਰ ਪੁਰਹੀਰਾ ਸ਼ੇਰਗਰ ਬਪਾਇਸ ਨੇੜੇ ਟਰਾਲੇ 'ਚ ਵੱਜੀ ਹਾਸਾ ਇੰਨਾ ਭਿਆਨਕ ਤੇ ਭੜਾ ਸੀ ਕਿ ਕਾਰ ਵਿੱਚ ਸਵਾਰ ਚਾਰ ਨੌਜਵਾਨ ਮਾਰੇ ਗਏ ਔਰ ਇੱਕ ਦੀ ਹਸਪਤਾਲ ਮੌਕੇ ਤੇ ਜਾ ਕੇ ਮੌਤ ਹੋਈ ਮਨਾਲੀ ਤੋਂ ਮਾੜੀ ਖਬਰ ਹੈ ਮਨਾਲੀ ਨੇੜੇ ਵਾਹਨ ਅੱਗੇ ਕੱਢਣ ਤੋਂ ਹੋਏ ਝਗੜੇ ਦੌਰਾਨ ਕੁਝ ਲੋਕਾਂ ਉੱਤੇ ਹਮਲਾ ਕਰਨ ਤੇ ਤਲਵਾਰਾਂ ਲਹਿਰਾਉਣ ਦੇ ਦੋਸ਼ਾਂ 'ਚ ਪੰਜਾਬ ਨਾਲ ਸੰਬੰਧਿਤ ਚਾਰ ਯਾਤਰੀ ਉਥੋਂ ਦੀ ਪੁਲਿਸ ਨੇ ਫੜ ਲਏ ਕਾਬੂ ਕੀਤੇ ਸੈਲਾਨੀ ਸੰਗਰੂਰ ਦੇ ਵਸਨੀਕ ਹੈ ਪੁਲਿਸ ਨੇ ਇਹਨਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਖਬਰ ਆ ਰਹੀ ਹੈ ਕਰੋਨਾ ਨਾਲ ਸੰਬੰਧਿਤ ਜੇ ਅੱਜ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਅੱਜ 24 ਘੰਟਿਆਂ 'ਚ 38949 ਨਵੇਂ ਕੇਸ ਆਏ ਤੇ 542 ਮੌਤਾਂ ਹੋਈਆਂ ਔਰ ਪੰਜਾਬ ਦੀ ਗੱਲ ਕਰੀਏ ਤਾਂ ਅਮਰਸਰ ਸਾਹਿਬ ਜ਼ਿਲ੍ਹੇ 'ਚ ਅੱਜ 9 ਨਵੇਂ ਕੇਸ ਆਏ ਨੇ ਤੇ ਪੂਰੇ ਪੰਜਾਬ ਦੇ ਵਿੱਚ ਜੇ ਆਪਾਂ 24 ਘੰਟਿਆਂ ਦੀ ਸਥਿਤੀ ਵੇਖੀਏ ਕਰੋਨਾ ਵਾਇਰਸ ਕਾਲ ਪੰਜਾਬ 'ਚ 3 ਤੇ ਹਰਿਆਣਾ ਚ ਸੱਤ ਮੌਤਾਂ ਹੋਈਆਂ ਪੰਜਾਬ ਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 16212 ਤਿੱਕ ਅਪੜ ਗਿਆ ਤੇ ਪੰਜਾਬ ਚ 105 ਜਣੇ ਪਾਸਟ ਪਾਏ ਗਏ 24 ਘੰਟਿਆਂ ਚ ਇੰਨੇ ਘੰਟਿਆਂ ਵਿੱਚ 147 ਲੋਕਾਂ ਨੂੰ ਠੀਕ ਹੋਣ ਤੇ ਛੁੱਟੀ ਦਿੱਤੀ ਗਈ ਹੈ ਜਿਹੜੇ ਸਿਹਤਾਂ ਦੇ ਮਾਹਰ ਆ ਉਹ ਕਹਿ ਰਹੇ ਆ ਕਿ ਕਰੋਨਾ ਦੀ ਲਹਿਰ ਇੱਕ ਵਾਰੀ ਫਿਰ ਤੋਂ ਜ਼ੋਰ ਫੜ ਰਹੀ ਹੈ ਇਸ ਨੂੰ ਤੀਜੀ ਲਹਿਰ ਦਾ ਨਾਮ ਦਿੱਤਾ ਜਾ ਸਕਦਾ ਹੈ ਔਰ ਇਸ ਵਾਸਤੇ ਵੀ ਸਰਕਾਰ ਕੇਂਦਰ ਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਐਹਤਿਆਤ ਵਰਤਨ ਲਗੀਆਂ ਹੈ ਪੰਜਾਬ ਚ ਜ਼ਬਰਨ ਧਰਮ ਤਬਦੀਲੀ ਦਾ ਕੇਸ ਸਾਹਮਣੇ ਆਇਆ ਹੈ ਤਰਲੋਚਨ ਸਿੰਘ ਨਾਮੀ ਬੰਦੇ ਨੇ ਕਿਹਾ ਕਿ ਜਦ ਤੱਕ ਫੈਸਲਾ ਨਹੀਂ ਆਉਂਦਾ ਅਦਾਲਤ ਵੱਲੋਂ ਉਦੋਂ ਤੱਕ ਮੇਰੇ ਬੇਟੇ ਨੂੰ ਮੁਸਲਮਾਨ ਬਣਨ ਤੋਂ ਰੋਕਿਆ ਜਾਏ ਔਰ 34 ਸਾਲਾ ਸਿੱਖ ਮੁੰਡੇ ਨੇ ਆਪਣੀ ਪਤਨੀ ਤੇ ਸਹੁਰੇ ਉੱਤੇ ਜ਼ਬਰਨ ਧਰਮ ਪਰਿਵਰਤਨ ਕਰਵਾਉਣ ਦੇ ਇਲਜ਼ਾਮ ਲਾਏ ਐ ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਚੰਡੀਗੜ੍ਹ ਪ੍ਰੈਸ ਨੂੰ ਦੱਸੀਆਂ ਇਸ ਸਬੰਧੀ ਚੰਡੀਗੜ੍ਹ ਦੀ ਕੋਰਟ ਵਿੱਚ ਕੇਸ ਵੀ ਜਿਹੜਾ ਹੈ ਸੁਣਵਾਈ ਅਦੀਨ ਹੈ ਔਰ ਨਾਲ ਦੀ ਨਾਲ ਖਬਰ ਆ ਰਹੀ ਹੈ Rajasthan ਦੇ Hanuman Garh ਤੋਂ ਤਿੰਨ ਪੈਣਾ ਅੰਸ਼ੂ ਰੀਤੂ ਤੇ ਸੁਮਨ ਨੇ ਇਕੱਠਿਆਂ ਰਾਜ ਦੀ ਪ੍ਰਸ਼ਾਸਕੀ ਪ੍ਰੀਖਿਆ IAS RAS Rajasthan એ ਐਡਮਨ ਸਰਵਸ ਬਹੁਤ ਵੱਡੀ ਡਿਗਰੀ ਹੁੰਦੀ ਹੈ ਪਾਸ ਕੀਤੀ ਹੈ ਇਹਨਾਂ ਦੀਆਂ ਦੋ ਹੋਰ ਪੈਣਾ ਰੋਮਾ ਤੇ ਮਨਜੂ ਪਹਿਲਾਂ ਹੀ RAS ਅਫਸਰ ਹਨ ਇੱਕ ਕਿਸਾਨ ਸਹਦੇਵ ਸਹਾਰਨ ਦੀਆਂ ਪੰਜੇ ਤੀਆਂ RAS ਅਫਸਰ बन ਗਈਆਂ सहारन ਨੇ 8ਵੀਂ ਜਮਾਤ ਤੱਕ ਪੜ੍ਹਾਈ ਕੀਤੀ ਜਦਕਿ ਉਸਦੀ ਪਤਨੀ ਲక్ష్ਮੀ ਅਨਪੜ ਹੈ ਰਾਜਸਥਾਨ ਪ੍ਰਸ਼ਾਸਕੀ ਪ੍ਰੀਖਿਆ 'ਚ ਬੇਟੀਆਂ ਦਾ ਆਉਣਾ ਬਹੁਤ ਸ਼ੁਭ ਸ਼ਗਨ ਮੰਨਿਆ ਗਿਆ ਨਿੰਦਰ ਕੁ ਗਿਆਨਮੀ ਤੋਂ ਖਬਰਾਂ ਦਾ ਦੂਜਾ ਹਿੱਸਾ ਸੁਣਿਆ ਅੱਜ ਦੀਆਂ ਖਬਰਾਂ ਇੱਥੇ ਮੁੱਕਦੀਆਂ ਦੇ ਉਜਾਸਤ ਆਪਾਂ ਮਿਲਦੇ ਹਾਂ ਕੱਲ ਸਤ ਅੰਦਰ